पहली बार चलाई है मैं थार, ची गड्डी है पता नहीं कई हिसाब का हुंदा। ओह माय गॉड, ओ आ गया। लो जी असी अपने टब्बर कोल पहुंच चुके हैं, लगे हैं ने वीडियो बनाउण दा। आण दे इधर लो, बिल्ली फड़ लो। वाओ, लो जी आ गया झोटा। ससरी पेश है जी थार, आ कलर लेन लगे हैं असी। ओ आ गड्डी ओके रिपोर्ट। Yep. ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਰੀਲ ਐਫ ਸਟੂਡੀਓਜ਼ 'ਤੇ ਤੁਹਾਡਾ ਸਵਾਗਤ ਹੈ। ਨਵਾਂ ਦਿਨ, ਨਵਾਂ ਵਲੌਗ। ਸੋ ਅੱਜ ਦਾ ਵਲੌਗ ਹੈ ਜਿਹੜਾ ਬਹੁਤ ਵਧੀਆ ਹੋਣ ਜਾ ਰਿਹਾ, ਕਿਉਂਕਿ ਤੁਸੀਂ ਸਾਡਾ ਲਾਸਟ ਵਲੌਗ ਦੇਖਿਆ ਹੋਣਾ ਕਿ ਜਿਹੜੀ ਪੀਐਮ ਸੀਗੀ F10 ਵੇਚ ਦਿੱਤੀ ਗਈ ਹੈ। ਉਹ ਵੇਚਣ ਤੋਂ ਬਾਅਦ ਉੱਥੇ ਮੈਂ ਕਿਹਾ ਸੀ ਵੀ ਹਾਂ ਕੁਛ ਵਧੀਆ ਚੀਜ਼ ਲੈ ਕੇ ਆਵਾਂਗੇ। ਸੋ ਮੈਂ ਡਿਸਾਈਡ ਕੀਤਾ ਜੀ ਥਾਰ ਲਈ ਜਾਵੇ ਨਵੀਂ। ਉਹ ਸ਼ੋਰੂਮ ਗਏ ਸੀਗੇ ਅਸੀਂ ਦੋਨੋਂ ਕੱਲ੍ਹ, ਸ਼ੋਰੂਮ ਦੇ ਵਿੱਚ ਹੈਗੀ ਜੀ 1 ਸਾਲ ਦੀ ਵੇਟਿੰਗ। ਅੱਜ ਬੁੱਕ ਕਰਵਾ ਲਓ, 1 ਸਾਲ ਬਾਅਦ ਤੁਹਾਨੂੰ ਅਸੀਂ ਥਾਰ ਦੇ ਦਾਂਗੇ। 1 ਸਾਲ ਬਾਅਦ ਪਤਾ ਨਹੀਂ ਕੀ ਹੋਣਾ, ਹੁਣ ਟਾਈਮ ਹੈ, ਹੁਣ ਚਾਹੀਦੀ ਹੈ ਥਾਰ, ਚਾਹੀਦੀ ਹੈ ਤਾਂ ਅੱਜ ਤੇ ਕੱਲ੍ਹ 'ਚ ਚਾਹੀਦੀ ਹੈ। ਕੁਛ ਕੁ ਪੈਸੇ ਦੇ ਕੇ ਆਪਾਂ ਨੂੰ ਸ਼ੋਰੂਮ ਕੰਡੀਸ਼ਨ ਵਾਲੀ ਥਾਰ ਜਿਹੜੇ ਡੀਲਰ ਨੇ ਉਹਨਾਂ ਕੋਲ ਨਵੀਂ ਮਿਲ ਜਾਂਦੀ ਹੈ। ਕਈ ਲੋਕ ਕੀ ਕਰਦੇ ਆ, ਬੁੱਕ ਕਰਾ ਕੇ ਰੱਖ ਲੈਂਦੇ ਆ ਕਿ ਰਾਸਤੇ ਦੇ ਵਿੱਚ ਜਾਂ ਜਲੰਧਰ ਜਾ ਰਹੇ ਹਾਂ ਕਿਸੇ ਡੀਲਰ ਦੇ ਕੋਲ, ਉਹਦੇ ਕੋਲ ਥਾਰ ਖੜੀ ਹੈ, ਨਵੀਂ ਥਾਰ ਸ਼ੋਰੂਮ ਕੰਡੀਸ਼ਨ ਅਸੀਂ ਲੈਣ ਚੱਲੇ ਹਾਂ, ਕਿਉਂਕਿ 1 ਸਾਲ ਮੇਰੇ ਤੋਂ ਵੇਟ ਨਹੀਂ, ਮੈਂ ਵੇਟ ਨਹੀਂ ਕਰ ਸਕਦਾ 1 ਸਾਲ। 1 ਸਾਲ ਬਾਅਦ ਪਤਾ ਨਹੀਂ ਕੀ ਹੋਊਗਾ। ਅਸੀਂ ਪਹੁੰਚ ਚੁੱਕੇ ਹਾਂ ਜੀ ਜਲੰਧਰ, ਤੇ ਹੁਣ ਇੱਥੇ ਆਪਾਂ ਥਾਰ ਦੇਖਾਂਗੇ, ਦੇਖਣੀ ਕੀ ਆਪਾਂ ਲਈ ਜਾਣੀ ਹੈ। ਇਹ ਹੈ ਬ੍ਰਾਂਡ ਨਿਊ ਥਾਰ, ਵੈਸੇ ਇਹ ਥਾਰ ਬ੍ਰਾਂਡ ਨਿਊ ਆ, ਨਵੀਂ ਸ਼ੋਰੂਮ ਤੋਂ ਆਈ ਹੋਈ ਆ, ਬਸ ਫਰਕ ਇੰਨਾ ਵੀ ਇੱਥੇ ਨਾਲ ਦੀ ਨਾਲ ਡਿਲੀਵਰੀ ਕਰ ਦਿੰਦੇ ਆ। ਇੱਥੇ ਥਾਰ ਇੱਕ ਬਲੈਕ ਕਲਰ ਦੀ ਖੜੀ ਆ, ਅਸੀਂ ਸਿਲੈਕਟ ਕੀਤੀ ਆ, ਉਹ ਹੈਗਾ ਜੀ ਗ੍ਰੇ ਕਲਰ, ਤਰ੍ਹਾਂ ਦੀ ਬ੍ਰਾਂਡ ਨਿਊ ਕਹਿ ਸਕਦੇ ਹਾਂ, ਮੈਂ ਸੈਕਿੰਡ ਹੈਂਡ ਨਹੀਂ ਕਹੂੰਗਾ, ਬ੍ਰਾਂਡ ਨਿਊ ਥਾਰ। ਅੱਜ ਦੇ ਟਾਈਮ ਦੇ ਵਿੱਚ ਥਾਰ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ 'ਤੇ ਹੈ, ਬਾਹਰੋਂ ਈਜ਼ਲੀ ਮਿਲ ਜਾਂਦੀ ਆ, ਸੇਮ ਡੇ ਮਿਲ ਜਾਂਦੀ ਆ। ਤਾਂ ਉਹ ਲੈ ਦੇ ਕੇ ਆ ਕਾਈਗਰ ਬਚੀ ਆ ਮੇਰੇ ਕੋਲ, ਰੱਬ ਦੀ ਕਿਰਪਾ ਰਹੀ ਤਾਂ ਅੱਜ ਆਪਾਂ ਥਾਰ ਨਾਲ ਦੀ ਨਾਲ ਸੇਮ ਡੇ ਲੈ ਜਾਵਾਂਗੇ। ਸੋ ਪੇਸ਼ ਹੈ ਜੀ ਥਾਰ, ਆਹ ਕਲਰ ਲੈਣ ਲੱਗੇ ਹਾਂ ਅਸੀਂ। ਆਹ ਗੱਡੀ ਓਕੇ ਰਿਪੋਰਟ। ਯੱਪ, ਇਹ ਜੀ ਗੱਡੀ ਦਾ ਇੰਟੀਰੀਅਰ ਆ, ਬਾਕੀ ਜਦੋਂ ਲੈ ਲਈ ਡਿਟੇਲ ਵੀਡੀਓ ਆਪਾਂ ਬਣਾਵਾਂਗੇ, ਫਿਲਹਾਲ ਆਪਾਂ ਇਹ ਪਹਿਲਾਂ ਪਰਚੇਜ਼ ਕਰ ਲਈਏ, ਬਾਕੀ ਕਾਗਜ਼ੀ ਕਾਰਵਾਈ ਪੂਰੀ ਕਰ ਲਈਏ। ਪੂਰੀ ਬ੍ਰਾਂਡ ਨਿਊ ਆ, ਸਮਝ ਲਓ ਵੀ ਸ਼ੋਰੂਮ 'ਚੋਂ ਕਢਵਾ ਰਿਹਾ, ਉਹ ਗੱਲ ਵੱਖਰੀ ਹੈ ਵੀ ਖੜੀ ਕਿਤੇ ਬਾਹਰ ਹੈ, ਯੂਨੋ, ਤੇ ਗੱਡੀ ਮੈਨੂੰ ਪਸੰਦ ਹੈ। ਤੁਸੀਂ ਦੇਖਿਆ ਮੈਂ ਗੱਡੀ 'ਚੋਂ ਕਰੋਮ ਡਿਲੀਟ ਕੀਤਾ ਹੋਇਆ ਸਾਰਾ ਆ, ਸਾਰਾ ਇਹਨਾਂ ਨੇ ਨੰਬਰ ਵੀ ਸੁੱਖ ਨਾਲ, ਗੱਡੀ ਦਾ ਸਿੰਗਲ ਡਿਜਿਟ ਨੰਬਰ ਹੈ। ਹਾਂ, ਸ਼ਾਊਟ ਆਊਟ ਲੀਓ ਮੋਟਰਸ, ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਹੈ ਜੀ ਗੱਡੀ। ਵਾਹ, ਇਹਦੇ ਵਿੱਚ ਬੂਟ ਸਪੇਸ ਬਹੁਤ ਘੱਟ ਆ। ਚਲੀ ਚੱਲ, ਉਹ ਗੱਡੀ ਕਰਲੀ ਫਾਈਨਲ ਅਸੀਂ, ਬਾਕੀ ਰਹਿ ਗਈ ਹੁਣ ਡਾਕੂਮੈਂਟੇਸ਼ਨ। ਸਭ ਤੋਂ ਮੈਕਸਿਮਮ ਇਹਦੀ ਕਾਲਿੰਗ ਹੀ ਆਈ ਆ, ਮਾਰਨਿੰਗ ਤੱਕ ਹੀ ਇਹਦੇ 15-16 ਕਸਟਮਰਸ ਦੇ ਫੋਨ ਆਏ ਆ। ਡਨ ਹੋ ਚੁੱਕੀ ਆ, ਫਾਈਨਲ ਹੋ ਚੁੱਕੀ ਆ, ਬਟ ਕਾਰ ਦੀ ਡਿਲੀਵਰੀ ਹੋਊਗੀ ਜੀ ਕੱਲ੍ਹ। ਨਾ ਨਾ ਬਿਲਕੁਲ ਭਾਅ ਜੀ, ਉਹਨਾਂ ਦੀ ਡੀਲਿੰਗ ਮੈਨੂੰ ਵਧੀਆ ਲੱਗੀ, ਐਵਰੀਥਿੰਗ ਇਜ਼ ਗੁੱਡ। ਡਾਕੂਮੈਂਟੇਸ਼ਨ ਰਹਿ ਗਈ ਥੋੜ੍ਹੀ ਜੀ, ਭਾਅ ਜੀ ਕੱਲ੍ਹ ਤੱਕ ਕਰਵਾ ਦੋਗੇ? ਹੁਣ ਰਿਕਾਰਡ ਹੋ ਰਹੀ ਆ, ਹੁਣ ਰਿਕਾਰਡ ਕਰਵਾ ਦਾਂਗੇ ਚਲੋ, ਕੱਲ੍ਹ ਡਿਲੀਵਰੀ ਹੋ ਜਾਏਗੀ ਜੀ। ਸਾਡੇ ਲੀਓ ਮੋਟਰਸ ਆ ਜੀ, ਅਵਤਾਰ ਨਗਰ ਰੋਡ 'ਤੇ ਆ, ਨੀਅਰ ਫੁੱਟਬਾਲ ਚੌਂਕ ਜਲੰਧਰ। ਔਰ ਜਿਹੜੀਆਂ ਸਾਡੇ ਕਾਰਜ ਹੁੰਦੀਆਂ, ਸਭ ਦੀ ਮੀਟਰ ਦੀ ਐਕਸੀਡੈਂਟ ਪੇਂਟ ਦੀ ਗਰੰਟੀ ਦਿੰਦੇ ਹਾਂ। ਸਾਡਾ ਯੂਟਿਊਬ 'ਤੇ ਚੈਨਲ ਹੈਗਾ ਜੀ ਲੀਓ ਮੋਟਰਸ ਜਲੰਧਰ ਦੇ ਨਾਂ 'ਤੇ। ਉਹ ਇੱਕ ਇਹਨਾਂ ਕੋਲ ਆਹ ਥਾਰ ਖੜੀ ਹੈ, 2022 ਮਾਡਲ, ਬ੍ਰਾਂਡ ਨਿਊ, ਮਤਲਬ ਕਿ ਅਨਰਜਿਸਟਰਡ ਕਾਰ ਆ। ਅਤੇ ਮੈਂ ਸਿਲੈਕਟ ਕੀਤਾ ਆਹ ਕਲਰ ਗ੍ਰੇ, ਗ੍ਰੇ ਇਸ ਕਰਕੇ ਸਿਲੈਕਟ ਕੀਤਾ ਕਿਉਂਕਿ ਬਾਅਦ ਵਿੱਚ ਕਰਵਾਉਣੀ ਹੈ ਜੀ ਇਹ ਰੈਪ, ਮੈਟ ਦਾ ਫਿਨਿਸ਼ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਆਉਂਦਾ, ਇਸ ਕਰਕੇ ਗ੍ਰੇ ਕਲਰ ਲੈਣ ਦਾ ਇਹ ਰੀਜ਼ਨ ਆ। ਅਤੇ ਦੂਸਰੀ ਗੱਲ ਇਹ ਹੈ, ਸਿੰਗਲ ਡਿਜਿਟ ਨੰਬਰ ਮਿਲ ਗਿਆ, ਬ੍ਰਾਂਡ ਨਿਊ ਆ ਮੇਰੇ ਲਈ, ਯਾਨੀ ਕਿ ਤੁਸੀਂ ਇਹ ਲਾ ਲਓ ਵੀ ਸਮਝ ਲਓ ਸ਼ੋਰੂਮ 'ਚੋਂ ਕਢਾਈ ਹੈ ਇੱਕ ਤਰ੍ਹਾਂ ਦੀ। ਸ਼ੋਰੂਮ ਦੇ ਵਿੱਚ ਗੱਲ ਇਹੀ ਹੋਈ ਹੈ ਵੀ ਉਹ ਕਹਿੰਦੇ ਜੀ ਅੱਜ ਬੁਕਿੰਗ ਕਰਵਾ ਦਿਓ, ਤੁਹਾਨੂੰ ਗੱਡੀ ਅਸੀਂ 1 ਸਾਲ ਬਾਅਦ ਦੇਵਾਂਗੇ। ਬਟ ਇੰਨੀ ਵੇਟਿੰਗ ਪੀਰੀਅਡ ਕਰਨਾ ਬਹੁਤ ਔਖਾ, ਜਦੋਂ ਮਨ ਬਣਾਏ ਲਿਆ ਹੁਣ ਬਾਹਰ ਦਾ ਕੀੜਾ ਕੱਢ ਕੇ ਵੀ ਦੇਖ ਲਈਏ, ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਮੈਂ ਰੱਖੀ ਸੀਗੀ BMW E60, ਅਤੇ ਫਿਰ ਹੁਣ ਰੀਸੈਂਟਲੀ ਰੱਖੀ ਸੀਗੀ ਮੈਂ BMW F10। ਬੇਸਿਕਲੀ ਮੈਂ ਸੈਲੂਨ ਟਾਈਪ, ਸਡਾਨ ਟਾਈਪ ਗੱਡੀਆਂ ਰੱਖੀਆਂ ਨੇ। ਥਾਰ ਦਾ ਮੇਰਾ ਐਕਸਪੀਰੀਅੰਸ ਜੀ ਇਹ ਪਹਿਲਾਂ, ਬੇਸਿਕਲੀ ਮੇਰਾ ਮਨ ਸੀਗਾ ਪਹਿਲਾਂ
ਨਾ ਵੀ ਮੈਂ ਆਡੀ A4 ਲਵਾਂ ਜਾਂ 3 ਸੀਰੀਜ਼ ਲਵਾਂ, ਇਹ ਅਲੱਗ ਫੀਲ ਹੈ। ਥਾਰ ਇੱਕ ਸਵੈਗ ਹੈ। ਸੋ ਥਾਰ ਦਾ ਜੀ ਕੀੜਾ ਰੱਬ ਦੀ ਮਿਹਰ ਨਾਲ ਪੂਰਾ ਹੋਣ ਜਾ ਰਿਹਾ। ਜਦੋਂ ਪਹਿਲੀ BMW ਲਈ ਸੀਗੀ ਟ੍ਰਿਪ, 3 ਨੰਬਰ ਉਦੋਂ ਵੀ ਤੂੰ ਨਾਲ ਸੀਗਾ ਜਾਣ ਲਈ ਹੁੰਡਈ ਦੀ, ਉਦੋਂ ਵੀ ਇਹ ਬੰਦਾ ਨਾਲ ਸੀਗਾ। ਫਿਰ ਕਾਈਕਰ ਲਈ ਉਦੋਂ ਇਹ ਨਾਲ ਨਹੀਂ ਸੀਗਾ, ਉਹ ਤੋਂ ਬਾਅਦ BMW ਜਿਹੜੀ ਸਿਲਵਰ ਸੀਗੀ ਲਾਸਟ ਉਦੋਂ ਵੀ ਇਹ ਨਾਲ ਸੀਗਾ। ਹਾਂ, ਜਿਹੜੀ BM ਲਈ ਸੀਗੀ ਉਹਦੀ ਡੀਲ ਪਤਾ ਕਿੱਥੇ ਹੋਈ ਸੀਗੀ? ਹੋਸਪਿਟਲ ਦੇ ਵਿੱਚ। ਉਹਦੀ ਡੀਲ ਮੈਂ ਹਸਪਤਾਲ ਦੇ ਵਿੱਚ ਬੈਠ ਕੇ ਕੀਤੀ ਸੀਗੀ। ਗੱਡੀ ਕੁਛ ਨਹੀਂ, ਮੈਂ ਹਸਪਤਾਲ ਦੇ ਵਿੱਚ ਸਾਰੀ ਡਾਕੂਮੈਂਟੇਸ਼ਨ ਜਿਹੜੀ ਸੀਗੀ ਕਾਗਜ਼ੀ ਕਾਰਵਾਈ ਸੀਗੀ ਹਸਪਤਾਲ ਦੇ ਵਿੱਚ ਬੈਠ ਕੇ ਕੀਤੀ। ਉਹ ਇਹਦੀ ਡੀਲ ਤਾਂ ਮੈਨੂੰ ਪਤਾ ਨਹੀਂ, ਇਹ ਵੀ ਹੁਣ ਮੈਂ ਪਰਸੋਂ ਫਿਰ PGI ਜਾਣਾ ਡੈਡੀ ਨੂੰ ਲੈ ਕੇ। ਹਾਰ ਦੀ ਵੀ ਜਿਹੜੀ ਡੀਲਿੰਗ ਹੋਈ ਆ ਉਹ ਵੀ ਹਸਪਤਾਲ ਦੇ ਵਿੱਚ ਹੋਈ ਆ। ਉਹ ਪਤਾ ਨਹੀਂ ਕੀ ਚੱਕਰ ਆ, ਮੇਰੇ ਦਿਮਾਗ ਨੂੰ ਨਾ ਬਸ ਮੇਰੇ ਦਿਮਾਗ 'ਚ ਬਸ ਹੈ ਇੱਕ, ਜਦੋਂ ਕੋਈ ਪ੍ਰੋਬਲਮ ਹੁੰਦੀ ਆ ਗੱਡੀ ਵੇਚ ਦਿਓ ਨਵੀਂ ਲੈ ਲਓ, ਤੁਹਾਡਾ ਦਿਮਾਗ ਸੈੱਟ ਹੋ ਜਾਂਦਾ ਬਸ, ਹੋਰ ਕੁਛ ਨਹੀਂ। ਹੋਰ ਕੁਛ ਹੈਗਾ ਆਹੀ ਬਸਦੇ ਆ ਇੱਕ ਤਰ੍ਹਾਂ ਦਾ। ਪਤਾ ਨਹੀਂ ਕਈ ਲੋਕਾਂ ਨੂੰ ਵਧੀਆ ਲੱਗੂਗਾ, ਕਈ ਲੋਕਾਂ ਨੂੰ ਵਧੀਆ ਨਹੀਂ ਵੀ ਲੱਗ ਸਕਦਾ। 2 ਦਿਨ ਬਾਅਦ ਅਸੀਂ ਚੱਲੇ ਹਾਂ ਗੱਡੀ ਦੀ ਡਿਲੀਵਰੀ ਲੈਣ। ਮੈਂ ਆਉਂਦਾ ਹੋਇਆ ਫਿਰ ਥਾਰ ਲੈ ਕੇ ਆਊਂਗਾ। ਥਾਰ ਦੀ ਡਿਲੀਵਰੀ ਸਾਨੂੰ ਮਿਲ ਚੁੱਕੀ ਹੈ। ਅਸੀਂ ਖੜ੍ਹੇ ਹਾਂ ਇਸ ਵਕਤ ਲੁਧਿਆਣੇ। ਕੁਛ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਗੱਡੀ ਲੈ ਜਾਵਾਂਗੇ। ਪੇਪਰ ਸਾਈਨ ਫੋਰਮੈਲਿਟੀ ਹੁੰਦੀ ਕਰਕੇ, ਡਾਕੂਮੈਂਟੇਸ਼ਨ ਪੇਮੈਂਟ ਵਗੈਰਾ ਸਭ ਕੁਛ ਪੂਰਾ ਹੋ ਚੁੱਕਿਆ। ਸੋ ਫਾਈਨਲੀ ਹੁਣ ਮੈਂ ਗੱਡੀ ਚਲਾਉਣ ਲੱਗਿਆ, ਡਰਾਈਵ ਕਰਕੇ ਹੁਣ ਮੈਂ ਥੱਲੇ ਲੈ ਕੇ ਜਾਊਂਗਾ। ਬਹੁਤ ਮੁਬਾਰਕਾਂ ਜੀ, ਕੰਗ੍ਰੈਚੁਲੇਸ਼ਨ, ਕਾਫੀ ਮੁਬਾਰਕਾਂ। ਮੈਂ ਜ਼ਿੰਦਗੀ 'ਚ ਫਸਟ ਟਾਈਮ ਚਲਾਉਣੀ ਆ ਥਾਰ। ਪਹਿਲੀ ਵਾਰ ਚਲਾਈ ਆ ਮੈਂ ਥਾਰ, ਉੱਚੀ ਗੱਡੀ ਆ, ਪਤਾ ਨਹੀਂ ਕਈ ਹਿਸਾਬ ਤਾਂ ਹੁੰਦਾ। ਬਾਕੀ ਪਹਿਲਾਂ ਮੈਂ ਸਡਾਨ ਚਲਾਈਆਂ ਨੇ, ਇਸ ਕਰਕੇ ਹੌਲੀ ਹੌਲੀ ਜਾ ਰਿਹਾ ਮੈਂ। ਕੀ ਖੰਨੇ ਪਹੁੰਚ ਗਿਆ ਮੈਂ, ਹੁਣ ਮੈਂ ਮੰਮੀ ਨੂੰ ਲੈਣ ਚੱਲੇ ਹਾਂ ਆਫਿਸ ਤੋਂ। ਸੋ ਦੇਖਦੇ ਹਾਂ ਮੰਮੀ ਦੇ ਰਿਐਕਸ਼ਨ ਕਿੱਦਾਂ ਦੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਨਹੀਂ ਲੱਗਦਾ ਸੀਗਾ ਵੀ ਆ ਮੇਰੀ ਚੋਇਸ ਇੱਦਾਂ ਦੀ ਵੀ ਹੋ ਸਕਦੀ ਹੈ ਥਾਰ ਦੀ, ਹੈ ਨਾ। ਅਤੇ ਮੈਨੂੰ ਨਹੀਂ ਲੱਗਦਾ ਮਾਂ ਤੋਂ ਵੱਧ ਕੋਈ ਹੋਰ ਖੁਸ਼ ਹੋ ਸਕਦਾ ਇਸ ਦੁਨੀਆ 'ਤੇ, ਫੈਮਿਲੀ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਬੰਦਾ ਇੰਨਾ ਖੁਸ਼ ਹੋਊਗਾ, ਹੈ ਨਾ। ਸੋ ਧੰਨਵਾਦ ਕਰਦਾ ਪਰਮਾਤਮਾ ਦਾ ਜਿਹਨੇ ਅੱਜ ਇੰਨੇ ਯੋਗਾ ਕੀਤਾ ਕਿ ਮੈਂ ਸਾਰੇ ਫੈਸਲੇ ਆਪ ਕਰਨ ਲੱਗ ਗਿਆ। ਪਹਿਲਾਂ ਮੰਮੀ ਨੂੰ ਪਿੱਕ ਕਰਦੇ ਹਾਂ, ਫਿਰ ਮੰਮੀ ਨੂੰ ਪਿੱਕ ਕਰਕੇ ਘਰੇ ਬਾਕੀ ਫੈਮਿਲੀ ਦੇ ਰਿਐਕਸ਼ਨ ਦੇਖਦੇ ਹਾਂ ਕੀ ਮਾਹੌਲ ਬਣਦਾ। ਸੋ ਮੈਂ ਪਹੁੰਚ ਗਿਆ ਮੰਮੀ ਦੇ ਦਫ਼ਤਰ, ਦੇਖਦੇ ਹਾਂ ਕੀ ਰਿਐਕਸ਼ਨ ਨਿਕਲਦੇ ਆ। ਕਾਰ ਕੂਰੇ ਲੈ ਗਏ, ਮੈਂ ਤਾਂ ਉਧਰ ਦੇਖਦੀ ਮੈਂ ਪਤਾ ਨੀ ਕਿੱਥੇ ਖੜਾ। ਅੱਛਾ, ਹਾਂ ਦੇਖਿਆ ਨੀ ਮੈਨੂੰ, ਮੈਂ ਹੁਣੇ ਆਈ ਆ, ਸਿੱਧਾ ਇੱਥੇ ਆਇਆ, ਹੁਣੇ 2 ਮਿੰਟ ਹੋਏ ਨੇ। ਤੇ ਦੂਈ ਗੱਡੀ ਕਿੱਥੇ? ਦੂਈ ਘਰੇ ਆ। ਘਰੇ ਆ ਜੀ, ਹੈ ਜਿਹੜੇ ਬਾਕੀ ਘਰ ਦੇ ਰਹਿ ਗਏ ਉਹਨਾਂ ਦੇ ਰਿਐਕਸ਼ਨ ਦੇਖੀਏ ਕੀ ਬਣਦੇ ਨੇ। ਹਲੋ, ਕੀ ਆ ਰਿਹਾ? ਮੈਂ ਉਹ ਤਾਂ ਸਰਪ੍ਰਾਈਜ਼ ਖਰਾਬ ਕਰ ਚੁੱਕਿਆ ਆਲਰੇਡੀ। ਉਹ ਆ ਗਿਆ, ਓ ਮਾਈ ਗੋਡ, ਉਹ ਆ ਗਿਆ, ਉਹ ਆ ਗਿਆ, ਉਹ ਆ ਗਿਆ। ਲਓ ਜੀ, ਅਸੀਂ ਆਪਣੇ ਟੱਬਰ ਕੋਲ ਪਹੁੰਚ ਚੁੱਕੇ ਆ, ਲੱਗੇ ਹੋਏ ਨੇ ਵੀਡੀਓ ਬਣਾਉਣ ਦਾ। ਆਣ ਦੇ, ਆਣ ਦੇ, ਆਣ ਦੇ, ਆਣ ਦੇ, ਆਣ ਦੇ, ਆਣ ਦੇ, ਇੱਧਰ ਲਓ, ਇੱਧਰ, ਇੱਧਰ, ਆਣ ਦੇ, ਬਿੱਲੀ ਫੜ ਲਓ। ਵਾਓ, ਲਓ ਜੀ ਆ ਗਿਆ ਝੋਟਾ। ਸਤਿ ਸ੍ਰੀ ਅਕਾਲ ਜੀ। ਮੁਬਾਰਕਾਂ ਹਾਂਜੀ, ਮੁਬਾਰਕਾਂ ਤੁਹਾਨੂੰ ਵੀ, ਮੁਬਾਰਕਾਂ ਸਾਰੇ ਪਰਿਵਾਰ ਨੂੰ। ਜੋਤ ਅੰਕਲ ਨੂੰ ਵੀ ਕਹਿ ਦਾਂ ਮੈਂ, ਅੰਕਲ ਜੀ ਵਧਾਈਆਂ। ਤੁਸੀਂ ਇਹ ਦੇਖੋ ਜਿਹੜਾ ਤੁਸੀਂ, ਤੁਹਾਡਾ ਰਿਐਕਸ਼ਨ ਸੀ ਪਹਿਲਾਂ ਉਹ ਕੀ ਸੀਗਾ? ਬਿਲਕੁਲ ਮਾੜੀ ਚੀਜ਼ ਆ, ਫੀਲ ਨਿਕਲ ਕੇ ਦੇਖੋ ਬਾਹਰ ਕਿਵੇਂ ਆ ਫੀਲ ਡਰਾਈਵ ਦਾ। ਡਰਾਈਵ ਤੂੰ 80 ਤੇ ਜਾ ਰਿਹਾ ਸੀਗਾ, 80 ਤੇ 150 ਤੇ ਜਾ ਰਿਹਾ ਸੀ ਮੈਂ, ਤੇਰੇ ਸਪੀਡ ਦਾ ਪਤਾ ਹੀ ਨਹੀਂ ਲੱਗ ਰਿਹਾ ਤੇ। ਹਾਂ ਠੀਕ ਹੈ,
ਗਲਾਸ ਦੇ ਉੱਪਰ ਜੀ ਕੱਢਣੀ ਆ ਗੱਡੀ ਪਤਾ ਨਹੀਂ ਕੀ ਸਾਰਾ ਉਹਦਾ ਤੇਲ। ਬੜੇ ਦੇਰ ਬਾਅਦ ਖੁਸ਼ੀਆਂ ਆਈਆਂ ਨੇ ਸਾਡੇ ਘਰੇ, ਉਹ ਵੀ ਗੱਡੀ ਦੇ ਰੂਪ ਵਿੱਚ। ਉਮੀਦ ਕਰਦਾ ਸਭ ਕੁਛ ਵਧੀਆ ਹੋਵੇ, ਰੱਬ ਮਿਹਰ ਕਰੇ ਡੈਡੀ ਨੂੰ ਠੀਕ ਕਰੇ ਛੇਤੀ, ਤਾਂ ਕਿ ਥਾਰ ਆਪ ਚਲਾਉਣ ਜੋਗਾ ਹੋਵੇ ਭਾਈ। ਉਹ ਹੋਰ ਕੁਛ ਨਹੀਂ ਚਾਹੀਦਾ। ਸੋ ਐਲੀ ਐਲੀ ਬਾਏ ਕਰ ਦੇ। फोटो खिंचा तेरी, क्या बात है। चलो बीमार नहीं लगते, ड्रामे कर देने। चलो आ चुकी है, सारे बहुत खुश ने। किन्ने चिर बाद असी एक खुशी का माहौल आया साडे परिवार च ना, पिछले एक दो महीनों तो सारी टेंशन च चल रहे थे। वो एक रीजन ये भी सीगा भी थोड़ा जहा माइंड चेंज होजूगा, गड्डी ले ते लोक ठीक हो जाता सिस्टम, खुशी की लहर आई थोड़ी जी परिवार च। बाकी थार की डिटेल वीडियो का ओवरव्यू भी दिता जाऊगा, सारा रिव्यू भी दिता जाऊगा, मतलब कि थार की प्रॉपर डिटेल वीडियो बनाऊंगा। इतने ही खत्म कर लगे हैं कि अगला व्लॉग देखने लई जिहड़ा साडा चैनल है उन्हों सबसक्राइब कर लो। ये मिलते हैं जी अगले व्लॉग के, उम्मीद करदा अगला व्लॉग सोहना।